ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸਿੰਘ ਜੀ, ਹੁਣ ਮੇਲ ਸਕੇਲ 'ਤੇ ਪਹਿਲੇ ਦੇਖਾਂਗੇ ਸ਼ਬਦ। ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ। ਸੋ ਉਸ ਤੋਂ ਬਾਅਦ ਫੀਮੇਲ ਸਕੇਲ ਦਾ ਟੂਟੋਰੀਅਲ ਸਟਾਰਟ, ਮੀਨਸ 3-4 ਮਿੰਟ ਬਾਅਦ ਫਿਰ ਕੰਟੀਨਿਊ ਸਟਾਰਟ ਹੋਏਗਾ ਇਸ ਤੋਂ ਬਾਅਦ। ਤੋ ਇਸ ਨੂੰ ਗਾਇਨ ਕੀਤਾ ਹੈ ਭਾਈ ਲਖਵਿੰਦਰ ਸਿੰਘ ਜੀ ਹਜੂਰੀ ਰਾਗੀ ਦਰਬਾਰ ਸਾਹਿਬ, ਤਾਲ ਕੈਰਵਾ 8 ਮਾਤਰਾ। ਹੋ ਕਰੋ ਕਿਰਪਾ ਸਾਧ ਸਿੰਘ ਜੀ ਇਸ ਨੂੰ ਪਾਰਟ ਬਾਈ ਪਾਰਟ ਗਾਇਨ ਕਰਕੇ ਫਿਰ ਇਸਨੂੰ ਅਸੀਂ ਸੁਰਾਂ ਹੀ ਦੇਖਦੇ ਹਾਂ। ਗੁਰੂ ਰਾਮਦਾਸ ਰਾਖੋ ਸਰਣਾਈ, ਰਾਖੋ ਸਰਣਾਈ। ਗੁਰੂ ਰਾਮਦਾਸ ਰਾਖੋ ਸਰਣਾਈ। ਇੱਕ ਅਰਦਾਸ ਪਾਠ ਕੀਰਤ ਕੀ, ਇੱਕ ਅਰਦਾਸ ਪਾਠ ਕੀਰਤ ਕੀ। ਫਿਰ ਦੂਸਰੀ ਵਾਰੀ ਵੀ ਬੋਲਣਾ, ਲੇਕਿਨ ਲਾਸਟ ਵਿੱਚ ਥੋੜ੍ਹਾ ਚੇਂਜ ਕਰਨਾ, ਬਿਲਕੁਲ ਸੇਮ ਹੀ ਹੈ। ਇੱਕ ਅਰਦਾਸ ਪਾਠ ਕੀਰਤ ਕੀ, ਬਸ ਇਹੀ ਹੈ। ਕੀ ਗੁਰੂ ਰਾਮਦਾਸ ਰਾਖੋ ਸਰਣਾਈ। ਹੁਣ ਅੰਦਰ ਦੇਖਦੇ ਹਾਂ। ਹਮ ਅਬ ਗੁਣ ਪਰੇ ਇੱਕ ਗੁਣ ਨਾਈ, ਠੀਕ ਹੈ ਜੀ। ਹਮ ਅਵ ਗੁਣ ਪਰੇ ਇੱਕ ਗੁਣ ਨਾ ਹੀ ਨਾਹੀ। ਅੰਮ੍ਰਿਤ ਛਾੜ ਬਿਖੇ ਬਿਖ ਖਾਏ, ਅੰਮ੍ਰਿਤ ਛਾੜ ਬਿਖੇ ਬਿਖ ਬਿਖੇ ਬਿਖ ਖਾਏ। ਇਸ ਨੂੰ ਫਿਰ ਪੰਕਤੀ ਨੂੰ ਪੂਰਾ ਬੋਲਣਾ ਹੈ ਤੇ ਸਿਰਫ ਅੰਮ੍ਰਿਤ ਛਾੜ ਬਿਖੇ ਬਿਖਾਈ, ਉਸ ਤੋਂ ਬਾਅਦ ਥੋੜਾ ਜਿਹਾ ਚੇਂਜ ਹੈ ਉਸਨੂੰ ਦੇਖ ਲੈਣਾ। ਬਿਖੇ ਬਿਖ ਖਾਈ, ਬਿਖੇ ਬਿਖਾਈ। ਇਸਨੂੰ ਪੰਕਤੀ ਨੂੰ ਦੁਬਾਰਾ ਬੋਲਣਾ ਹੈ। ਹਮ ਅਵਗੁਣ ਪਰੇ ਇੱਕ ਗੁਣ ਨਾ ਹੀ, ਅੰਮ੍ਰਿਤ ਛਾੜ ਬਿਖੇ ਬਿਖਾਈ। ਅਤੇ ਅਸੀਂ ਸਿਰਫ ਅਖੀਰਲਾ ਪਾਰਟ ਨੂੰ ਲੈ ਕੇ ਅਤੇ ਆਪ ਨੂੰ ਦੱਸ ਦਿੰਦੇ ਹਾਂ ਕਿਸ ਤਰ੍ਹਾਂ ਇਸ ਨੂੰ ਐਂਡਿੰਗ ਕਰਨੀ ਹੈ। ਬਿਖੇ ਬਿਖ ਖਾਈ, ਆਈ ਬਸ ਮੇਨ ਹੈਗਾ, ਗੁਰੂ ਰਾਮਦਾਸ ਰਾਖੋ ਸਰਣਾਈ। ਸਤਿ ਸ੍ਰੀ ਅਕਾਲ। ਫੀਮੇਲ ਸਕੇਲ 'ਤੇ ਦੇਖਦੇ ਹਾਂ ਸ਼ਬਦ। ਗੁਰੂ ਰਾਮਦਾਸ ਰਾਖੋ ਸਰਣਾਈ, ਠੀਕ ਹੈ ਜੀ। ਗੁਰੂ ਰਾਮਦਾਸ ਰਾਖੋ ਸਰਣਾਈ, ਨਾਈ ਰਾਖੋ ਸਰਣਾਈ। ਇੱਕ ਅਰਦਾਸ ਪਾਠ ਕੀਰਤ ਕੀ, ਇੱਕ ਅਰਦਾਸ ਪਾਠ ਕੀਰਤ ਕੀ। ਇਸ ਨੂੰ ਦੋ ਵਾਰੀ ਬੋਲਣਾ, ਫਿਰ ਉਸ ਤੋਂ ਬਾਅਦ ਕੀਰਤ ਕੀ, ਗੁਰੂ ਰਾਮਦਾਸ
परे एक गुण नाही। पहले इना देख दे, हम अवगुण परे, हम अवगुण परे एक गुण गुण नाही। अमृत छाड़ बिख बिख खाई। इसमें दोबारा फिर बोलना है, फिर उसके बाद अमृत छाड़ बिख बिख खाई, अमृत छाड़ बिख 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 खाई खाई। गुरु रामदास राखो शरणाई। सो इस तरह इतने ट्यूटोरियल की समाप्ति होती है जी। देव सज्जन आशीष जड़िया जो है साहिब सिंह मेल। सो आशीष बख्शते रहना साहिब सत्संग जी। वाहिगुरु जी का खालसा, वाहिगुरु जी की फतेह।